ਦੁਨੀਆ ਅੰਨੀ ਹੈ ਜਾਂ ਅਫਸਰਾਂ ਨੂੰ ਦਿਖਦਾ ਨਹੀਂਗਾ। ਇਹ ਦੱਸੋ, ਇੱਥੇ ਲਿਖਿਆ ਹੋਇਆ ਸਾਫ਼ ਸਾਫ਼, ਕਲੋਜ਼ ਕਰਕੇ ਦੇਖੋ ਭਾਈ ਸਾਹਿਬ, ਇਹ ਲਿਖਿਆ ਹੋਇਆ ਮੇਰੇ ਪਾਸੋਂ ਸਕੂਟਰ ਖੜਾਉਣ ਦੇ ਬਦਲੇ 100 ਰੁਪਈਆ ਲੈ ਚਾਰਜ ਕਰ ਲਿਆ। ਕਿੱਡੀ ਵੱਡੀ ਸਾਜਿਸ਼ ਖੇਲੀ ਹੈ ਮੇਰੇ ਖਿਲਾਫ਼, 100 ਰੁਪਈਆ ਸਾਜਿਸ਼ ਵੀ ਸਕੂਟਰ ਦਾ 100 ਰੁਪਏ ਲਿਆ ਗਿਆ। ਇਹਨਾਂ ਨੇ ਇਹ ਕਿਹਾ ਨਹੀਂ ਲਿਖਤੀ 'ਚ, ਤੁਸੀਂ ਇਹ ਨਕਾਰਦੇ ਵੀ ਕੋਈ ਮੈਂ ਸਕੂਟਰ ਦਾ 100 ਰੁਪਏ ਨਹੀਂ ਲਿਆ। ਸਕੂਟਰ ਦਾ ਮੈਂ ਕਦੀ ਵੀ 100 ਰੁਪਏ ਨਹੀਂ ਲਿਆ। ਦੂਜੀ ਗੱਲ ਤਾਂ ਸੁਣ ਲਓ ਭਾਈ ਸਾਹਿਬ, ਮੇਰੀ ਰਿਕੁਐਸਟ ਸੁਣੋ, ਮੈਂ ਤਾਂ ਅੱਕਿਆ ਪਿਆ, ਮਰਿਆ ਪਿਆ। ਮੈਂ ਪਤਾ ਨਹੀਂ ਘਰ ਦਾ ਕਿੰਨਾ ਸੋਨਾ ਵੇਚ ਕੇ ਇਹਨਾਂ ਨੂੰ ਕਿਸ਼ਤਾਂ ਦੇ ਚੁੱਕੀ ਹਾਂ, 100 ਰੁਪਈਆ ਕਹਿੰਦੇ ਸਕੂਟਰ ਦਾ ਲਿਆ। ਐਪਲੀਕੇਸ਼ਨ 'ਚ ਕੀ ਲਗਾ ਰਹੇ ਆ, ਮੈਂ ਕਾਰ ਲਾਈ ਆ, ਇਹ ਦੇਖੋ 79-62, ਇਹ ਸਾਜਿਸ਼ ਨਹੀਂ ਤੇ ਹੋਰ ਕੀ ਆ। ਮੈਨੂੰ ਹਜੇ ਤੱਕ ਜੁਰਮਾਨੇ ਦੀ ਕੋਈ ਇਹਨਾਂ ਨੇ ਮੈਨੂੰ ਹੋਣੀ ਕਿ ਜੁਰਮਾਨਾ ਪਿਆ। ਇਹਨਾਂ ਨੇ ਮੈਨੂੰ ਇੱਕ ਲੈਟਰ ਦਿੱਤੀ ਆ ਜਿਹਦਾ ਲੈਟਰ ਨੰਬਰ ਹੈ, ਇਹ ਨਾਲ ਆ ਮੇਰੇ ਕੋਲੋਂ, ਇਹਦਾ ਲੈਟਰ ਨੰਬਰ ਹੈ 839 ਦੇ ਨੇੜੇ। ਇੱਕ ਲੈਟਰ ਗੱਡੀ ਇਹਨਾਂ ਨੇ ਮੈਨੂੰ 881-09 ਇੱਦਾਂ ਕੋਈ ਲੈਟਰ ਆ ਇਹਨਾਂ ਨੇ ਕੱਢੀ ਆ। ਕਹਿੰਦੇ ਆ ਵੀ ਤੁਸੀਂ ਕਿਸੇ ਕੋਲੋਂ 100 ਰੁਪਏ ਚਾਰਜ ਲਿਆ। ਮੈਂ ਉਹਨਾਂ ਨੂੰ ਦੱਸਿਆ, ਫਿਰ ਅੱਜ ਉਹਨਾਂ ਨੂੰ ਮੈਂ ਆਪਣਾ ਸਪਸ਼ਟੀਕਰਨ ਦਿੱਤਾ। ਮੈਂ ਕਿਹਾ ਤੁਸੀਂ ਕਹਿ ਰਹੇ ਹੋ ਲਿਖਤੀ ਕਿ ਇੱਕ ਸਕੂਟਰ ਤੋਂ ਤੁਸੀਂ 100 ਰੁਪਏ ਲੈ ਲਿਆ, ਜਦਕਿ ਇਹ ਕਦੀ ਵੀ ਨਹੀਂ ਹੋ ਸਕਦਾ। ਸਕੂਟਰ ਕੋਲ 100 ਰੁਪਏ ਕਿਵੇਂ ਲੈ ਲੂੰਗਾ। ਇੱਕ ਮੇਰੇ ਕੋਲ 23 ਤਰੀਕ ਇੱਕ ਜੈਂਟਲਮੈਨ ਬੰਦਾ ਆਇਆ, ਮੈਨੂੰ ਕਹਿੰਦਾ ਭਾਈ ਸਾਹਿਬ ਕਾਰ ਪਾਰਕਿੰਗ ਕਰਨੀ ਹੈ ਅਤੇ ਮੈਂ ਮਤਲਬ ਕਿੰਨੇ ਪੈਸੇ। ਮੈਂ ਕਿਹਾ ਸਰ 20 ਰੁਪਈਏ। ਕਹਿੰਦਾ ਠੀਕ ਹੈ ਜੀ। ਉਹਨਾਂ ਨੇ ਮੇਰੇ ਕੋਲ ਇੱਕ ਪਰਚੀ ਲਈ, ਇਹ ਪਰਚੀ ਦਾ ਨੰਬਰ ਹੈ 999, ਠੀਕ ਹੈ। ਮੈਨੂੰ ਕਹਿੰਦਾ ਯਾਰ ਮੇਰੇ ਨਾਲ ਨਾ 5-7 ਕਾਰਾਂ ਨੇ ਅਤੇ ਇਹਦੇ ਪੈਸੇ। ਮੈਂ ਕਿਹਾ ਸਰ ਕੋਈ ਗੱਲ ਨਹੀਂ। ਕਹਿੰਦਾ ਫਿਰ ਵੀ ਕਿੰਨੇ ਪੈ ਹੋਏ? ਮੈਂ ਕਿਹਾ ਜੀ 100 ਰੁਪਏ ਹੋ ਗਏ ਤੁਹਾਡੀਆਂ 5 ਕਾਰਾਂ ਦਾ। ਉਹਨੇ 100 ਰੁਪਏ ਦਾ ਮੈਨੂੰ ਇੱਕ ਗੂਗਲ ਕਰਦਾ ਜੀ। ਮੈਂ ਕਿਹਾ ਕਰ ਦਿਓ ਜੀ, ਗੂਗਲ ਕਰ ਦਿਓ ਜੀ, ਕੋਈ ਗੱਲ ਨਹੀਂ। ਉਹਨੇ 100 ਰੁਪਏ ਮੈਨੂੰ ਗੂਗਲ ਕਰਤਾ, ਆਪਣੀ ਪਰਚੀ ਉਹਨਾਂ ਨੇ ਲੈ ਲਈ, ਉਹ ਮੈਨੂੰ ਵਾਪਸ ਦੇ ਕੇ ਜਾਣ ਕੇ ਕਹਿੰਦੇ 5 ਕਾਰਾਂ ਦੇ ਪੈਸੇ ਦਿੱਤੇ ਹੋਏ ਆ ਮੈਨੂੰ। ਕਹਿੰਦਾ ਮੈਂ ਕਿਹਾ ਠੀਕ ਹੈ ਜੀ, ਉਹ 5 ਕਾਰਾਂ ਵੀ ਨਿਕਲ ਗਈਆਂ, ਮੈਂ 5 ਕਾਰਾਂ ਦਾ 100 ਰੁਪਏ ਲਿਆ ਵਾ, ਠੀਕ ਹੈ। ਇਹ ਇਹਨਾਂ ਨੇ ਇੱਕ ਪਤਾ ਨਹੀਂ ਗੇਮ ਖੇਲੀ ਆ, ਪਤਾ ਨਹੀਂ ਇਹਨੂੰ ਮੇਰੇ ਨਾਲ ਕੀ ਦੁਸ਼ਮਣੀ ਆ, ਮੈਨੂੰ ਨਹੀਂ ਪਤਾ। ਇੱਥੇ ਲਿਖਿਆ ਹੋਇਆ, ਇਹ ਦੇਖੋ ਪੜ੍ਹ ਸਕਦੇ ਹੋ ਕਲੋਜ਼ ਕਰਕੇ, ਕਿ ਮੈਂ ਠੇਕੇਦਾਰ ਨੇ ਉਸ ਪਾਸੋਂ ਸਕੂਟਰ ਖੜਾਉਣ ਦੇ ਬਦਲੇ 100 ਰੁਪਈਆ ਲੈ ਲਿਆ। ਤੁਹਾਡੇ ਵੱਲੋਂ ਰੇਟ ਨਿਰਧਾਰਤ ਕਿੰਨੇ ਕਿੰਨੇ ਪੈਸੇ ਲੈ ਜਾਂਦੇ ਜਿਹੜਾ ਹੈਗਾ? ਅਸੀਂ 10 ਰੁਪਏ ਲੈਣੇ ਆ ਜੀ, ਜਿਹੜਾ ਸਕੂਟਰ ਮੋਟਰਸਾਈਕਲ ਕੋਈ ਖੜਾ ਕਰਦਾ, ਜਿਹੜਾ ਸਾਰਾ ਦਿਨ ਗੇੜੇ ਗੂੜੇ ਕੱਢਦਾ, ਅਸੀਂ ਲੈ ਲੈਂਦੇ ਹਾਂ 10 ਰੁਪਈਏ ਜੀ। ਸਰ ਦੂਜੀ ਗੱਲ, 64 ਲੱਖ ਦਾ ਠੇਕਾ, ਜੇ 10 ਰੁਪਏ ਨਾਲ ਲਈਏ ਕੀ ਕਰੀਏ? 64 ਲੱਖ ਰੁਪਏ ਠੇਕਾ ਇਹ, ਸਰਕਾਰ ਨੂੰ ਨਹੀਂ ਪਤਾ 64 ਲੱਖ ਕਿੱਥੋਂ ਪੂਰਾ ਹੋਣਾ ਵਾ। ਅੱਜ ਤੋਂ 4-5 ਸਾਲ ਪਹਿਲਾਂ ਇਹਨਾਂ ਨੇ ਠੇਕਾ ਚਲਾਇਆ ਆਪ, ਇਸੇ ਚੱਕਰ 'ਚ ਵੀ ਅਸੀਂ ਆਪ ਚਲਾਵਾਂਗੇ। ਇਹਨਾਂ ਦੀ ਜਿਹੜੀ ਸੇਲ ਸੀ 3500 ਰੁਪਈਆ ਰੋਜ਼ ਦੀ ਸੀ। 3500 ਰੁਪਈਆ ਰੋਜ਼ ਦੇ ਹਿਸਾਬ ਨਾਲ ਅਗਰ ਆਪਾਂ ਅਕਾਊਂਟ ਕਰੀਏ, ਮਹੀਨੇ ਦਾ 1,25,000 ਰੁਪਇਆ ਬਣਦਾ। ਇਹਨਾਂ ਨੂੰ ਮੈਂ 5,34,000 ਰੁਪਇਆ ਕਿਸ਼ਤ ਦੇਣਾ, 5,34,066 ਰੁਪਏ ਕਿਸ਼ਤ ਦੇਣਾ, ਠੀਕ ਹੈ। ਇਹ ਪੈਸੇ ਕਿੱਥੋਂ ਆਉਣੇ ਆ? ਜੇ ਮੈਂ 20 ਰੁਪਏ ਵੀ ਨਹੀਂ ਦਊਂਗਾ ਕਾਰ 'ਤੇ, ਮੈਂ ਕਿੱਥੇ ਜਾਊਂਗਾ? ਸਰਕਾਰਾਂ ਨੂੰ ESI ਮੇਰੇ ਨਾਲ ਬਿਲਕੁਲ ਧੱਕਾ ਹੋ ਰਿਹਾ। ਜੇ ਬਾਹਲੇ ਇਹਨਾਂ ਨੂੰ ਲੱਗਦਾ ਜਿਹੜਾ ਮੇਰੇ ਪੈਸੇ ਜਮ੍ਹਾਂ ਨੇ ਅੰਦਰ, ਉਹ ਪੂਰੇ ਕਰਨ, ਮੈਨੂੰ ਘੱਤ ਜੋੜਨ, ਮੈਨੂੰ ਲਿਖ ਕੇ ਦੇਣਾ ਮੈਂ ਠੇਕਾ ਨਹੀਂ ਚਲਾਉਣਾ ਚਾਹੁੰਦਾ। ਇਹ ਮੇਰੇ ਜਿਹੜੇ ਪੈਸੇ ਦਿੱਤੇ ਉਹ ਤਾਂ ਮੇਰੇ ਪੂਰੇ ਕਰ ਦੇਣਾ। ESI ਹੋਸਪਿਟਲ ਸੈਂਟਰ ਦਾ ਹੋਸਪਿਟਲ ਹੈ, ਉਹਨਾਂ ਮੈਂ 15 ਸਾਲ ਚਲਾਇਆ ਉਹ ਹੋਸਪਿਟਲ, 15 ਸਾਲ ਉਹ ਹੋਸਪਿਟਲ ਚਲਾਇਆ। ਅਗਰ ਮੇਰੇ ਖਿਲਾਫ 15 ਸਾਲਾਂ ਦੇ ਵਿੱਚ ਇੱਕ ਵੀ ਸ਼ਿਕਾਇਤ ਹੋਵੇ ਉੱਥੇ,
ਜੋ ਚੋਰ ਦੀ ਸਜ਼ਾ ਉਹ ਮੇਰੀ ਸਜ਼ਾ। 15 ਸਾਲ ESI ਹੋਸਪਿਟਲ ਭਾਰਤ ਸਰਕਾਰ ਸੈਂਟਰ ਦਾ ਉਹ ਮੈਂ ਚਲਾਇਆ, 15 ਸਾਲ ਦੇ ਵਿੱਚ ਮੇਰੇ ਖਿਲਾਫ ਇੱਕ ਕੰਪਲੇਂਟ ਨਹੀਂ ਹੈ। ਇੱਥੇ ਇਹ ਸ਼ੁਰੂ ਤੋਂ ਜਦੋਂ ਠੇਕਾ ਦਿੰਦੇ ਕਾਰਾਂ ਹੁੰਦੀ ਆ, ਅੱਜ ਦੀ ਥੋੜ੍ਹੀ ਹੋ ਰਹੀ ਆ। ਇਹ ਠੇਕਾ 1,20,000 'ਚ ਮੈਂ ਚਲਾਇਆ, 4 ਲੱਖ 'ਚ ਮੈਂ ਚਲਾਇਆ, 14,52,000 'ਚ ਮੈਂ ਚਲਾਇਆ, 7,31,000 'ਚ ਮੈਂ ਚਲਾਇਆ। ਇਹ ਪਤਾ ਨਹੀਂ ਕੀ ਚੱਕਰ ਆ, ਇਹਨਾਂ ਨੇ ਕਿਹਾ ਵੀ ਠੇਕਾ ਵਧਾਉਣਾ ਵਧਾਈ ਜਾਂਦੇ ਆ, ਹਰ 10% ਵਧਾਉਣਾ। ਹੁਣ ਜਿਹੜਾ 64 ਲੱਖ ਦਾ 10% ਵਧਾ ਕੇ 70 ਲੱਖ ਦਾ ਠੇਕਾ ਹੋ ਜੂ, ਕੌਣ ਲਊਗਾ? ਮੈਂ ਇਹਨਾਂ ਨੂੰ ਹੱਥ ਜੋੜ ਕੇ ਕਹਿੰਦਾ ਮੇਰੇ ਖਿਲਾਫ਼ ਸਾਜ਼ਿਸ਼ਾਂ ਨਾ ਖੇਲੋ, ਮੈਨੂੰ ਜੇ ਤੁਸੀਂ ਕੱਢਣਾ ਚਾਹੁੰਦੇ ਹੋ, ਜਿਹੜੇ ਮੇਰੇ ਪੈਸੇ ਅੰਦਰ ਜਮ੍ਹਾਂ ਉਹ ਮੇਰੇ ਪੂਰੇ ਦਿਓ, ਮੇਰੇ ਪੂਰੇ ਕਰੋ, ਕਿਸ਼ਤਾਂ 'ਚ ਹੀ ਪੂਰੇ ਕਰ ਦਿਉ। ਜਿਹੜਾ ਮੈਨੂੰ ਘਾਟਾ ਪੈਣਾ ਪੈ ਗਿਆ ਮੇਰੀਆਂ ਕਿਸ਼ਤਾਂ 'ਚ ਹੀ ਪੂਰੇ ਕਰ ਦਿਉ ਅਤੇ ਮੈਨੂੰ ਇੱਥੋਂ ਜਾਣ ਦੀ ਆਗਿਆ ਦਿੱਤੀ ਜਾਵੇ। ਇਹ ਦੁਨੀਆ ਅੰਨੀ ਹੈ ਜਾਂ ਅਫਸਰਾਂ ਨੂੰ ਦਿਖਦਾ ਨਹੀਂ ਗਾ? ਇਹ ਦੱਸੋ, ਇੱਥੇ ਲਿਖਿਆ ਹੋਇਆ ਸਾਫ਼ ਸਾਫ਼, ਕਲੋਜ਼ ਕਰਕੇ ਦੇਖੋ ਭਾਈ ਸਾਹਿਬ, ਇਹ ਲਿਖਿਆ ਹੋਇਆ ਮੇਰੇ ਪਾਸੋਂ ਸਕੂਟਰ ਖੜਾਉਣ ਦੇ ਬਦਲੇ 100 ਰੁਪਈਆ ਲੈ ਚਾਰਜ ਕਰ ਲਿਆ। ਕਿੱਡੀ ਵੱਡੀ ਸਾਜ਼ਿਸ਼ ਖੇਲੀ ਆ ਮੇਰੇ ਖਿਲਾਫ਼, 100 ਰੁਪਈਆ ਸਾਜ਼ਿਸ਼ ਵੀ ਸਕੂਟਰ ਦਾ 100 ਰੁਪਏ ਲਿਆ ਗਿਆ। ਇਹਨਾਂ ਨੇ ਇਹ ਕਿਹਾ ਨਹੀਂ ਲਿਖਤੀ 'ਚ? ਤੁਸੀਂ ਇਹ ਨਕਾਰਦੇ ਵੀ ਕੋਈ ਮੈਂ ਸਕੂਟਰ ਦਾ 100 ਰੁਪਏ ਨਹੀਂ ਲਿਆ? ਸਕੂਟਰ ਦਾ ਮੈਂ ਕਦੀ ਵੀ 100 ਰੁਪਏ ਨਹੀਂ ਲਿਆ। ਦੂਜੀ ਗੱਲ ਤਾਂ ਸੁਣ ਲਓ ਭਾਈ ਸਾਹਿਬ, ਮੇਰੀ ਰਿਕੁਐਸਟ ਸੁਣੋ, ਮੈਂ ਤਾਂ ਅੱਕਿਆ ਪਿਆ, ਮਰਿਆ ਪਿਆ। ਮੈਂ ਪਤਾ ਨਹੀਂ ਘਰ ਦਾ ਕਿੰਨਾ ਸੋਨਾ ਵੇਚ ਕੇ ਇਹਨਾਂ ਨੂੰ ਕਿਸ਼ਤਾਂ ਦੇ ਚੁੱਕੀ ਹਾਂ, 100 ਰੁਪਈਆ ਕਹਿੰਦੇ ਸਕੂਟਰ ਦਾ ਲਿਆ। ਐਪਲੀਕੇਸ਼ਨ 'ਚ ਕੀ ਲਗਾ ਰਹੇ ਆ, ਮੈਂ ਕਾਰ ਲਾਈ ਆ। ਇਹ ਦੇਖੋ, ਇਹ ਸਾਜ਼ਿਸ਼ ਨਹੀਂ ਤੇ ਹੋਰ ਕੀ ਹੈ? ਮੈਂ ਸਪੋਰਟਰ ਸੁਪਰਵੀਜ਼ਨ ਹੈ, ਮੈਂ ਸਮਝ ਲਓ ਆਪਣੇ ਪਰਿਵਾਰ ਨੂੰ ਮਿਲਣਾ, ਕੋਈ ਰੇਡ ਨਹੀਂ ਕੀਤੀ। ਉਹ ਠੇਕੇ ਦੀਆਂ ਸ਼ਰਤਾਂ ਨੇ ਵੀ ਜੇ ਕੋਈ ਠੇਕੇਦਾਰ ਮਤਲਬ ਕਿ ਓਵਰ ਚਾਰਜਿਸ ਕਰਦਾ ਜਿੰਨੇ ਉਹਦੇ ਦਿੱਤੇ ਹੋਏ ਨੇ ਠੇਕੇ ਦੇ ਸ਼ਰਤਾਂ ਦੇ ਮੁਤਾਬਕ, ਤਾਂ ਉਹਦੇ ਇਹ ਵੀ ਜੇ ਪਹਿਲੀ ਉਹਦੀ ਗਲਤੀ ਫੜੀ ਜਾਂਦੀ ਹੈ, ਇਸ ਤਰ੍ਹਾਂ ਦੀ ਵਾਇਲੇਸ਼ਨ ਫੜੀ ਜਾਂਦੀ ਹੈ, ਤਾਂ ਉਹਨੂੰ ਜੁਰਮਾਨਾ ਕੀਤਾ ਉਹਦੀ ਸ਼ਰਤ ਨੂੰ। ਕਿੰਨਾ ਜੁਰਮਾਨਾ ਕੀਤਾ ਗਿਆ? ਉਹਨੂੰ 5 ਲੱਖ ਤੋਂ ਉੱਤੇ। ਕੀ ਵਾਇਲੇਸ਼ਨ ਸੀ ਜੀ ਅੱਜ? ਨਹੀਂ, ਅੱਜ ਨਹੀਂ ਸੀ, ਅਸੀਂ ਸਾਨੂੰ ਪਿੱਛੋਂ ਮੀਡੀਆ ਦੇ ਵਿੱਚੋਂ ਵੀ ਆਏ ਸੀ, ਸਾਨੂੰ ਸੋਰਸ ਦੱਸ ਰਹੇ ਸੀ, ਫਿਰ ਮੈਂ ਇੱਕ ਡਾਕਟਰ ਨੂੰ ਭੇਜਿਆ ਤਾਂ ਉਹ ਡਾਕਟਰ ਦੀ ਵੀ ਉਹਨੇ 100 ਰੁਪਏ ਦੀ ਪਰਚੀ ਕੱਟੀ ਸੀ। ਕੋਈ ਨਾ ਜੀ, ਉਹਨੂੰ ਇੱਕ ਵਾਰੀ ਫਾਈਨ ਕੀਤਾ, ਕਾਫੀ ਵੱਡਾ ਸਾਰਾ ਫਾਈਨ ਦੀ ਅਮਾਊਂਟ ਹੈ, ਜੇ ਫਿਰ ਵੀ ਨਹੀਂ ਸੁਧਰੂਗਾ ਅਸੀਂ ਇੱਕ ਵਾਰੀ ਦੁਬਾਰਾ ਫਾਈਨ ਕਰਕੇ ਉਹਦਾ ਠੇਕਾ ਰੱਦ ਕਰ ਦੇਵਾਂਗੇ। ਜੋ ਕਾਨੂੰਨੀ ਭਰਿਆ ਕਾਇਦਾ ਕਾਨੂੰਨ ਦੇ ਹਿਸਾਬ ਨਾਲ ਉਹ ਹਰ ਐਕਸ਼ਨ ਲਿਆ ਜਾਊਗਾ। ਤੇ ਸਰ, ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਨੇ ਲੋਕ ਇੱਥੇ, ਉਹਨਾਂ ਦੀਆਂ ਸ਼ਿਕਾਇਤਾਂ ਸੀ ਕਿ ਓਵਰ ਚਾਰਜਿੰਗ ਕੀਤੀ ਜਾਂਦੀ ਹੈ, ਤੇ ਅੱਜ ਤੁਸੀਂ ਉਹਨਾਂ ਨੂੰ ਜੁਰਮਾਨਾ ਲਗਾਇਆ, ਕਿ ਅੱਗੇ ਵੀ ਜੇ ਚਾਰਜਿੰਗ ਕਰਨਗੇ ਤਾਂ ਉਹਨਾਂ ਤੇ ਕੀ ਐਕਸ਼ਨ ਲਿਆ ਜਾਏ? ਬਿਲਕੁਲ, ਮੈਂ ਪਹਿਲਾਂ ਦੱਸਿਆ ਉਹਦੇ ਠੇਕੇ ਦੀਆਂ ਸ਼ਰਤਾਂ ਨੇ, ਜੇ ਇੱਕ ਵਾਰੀ ਵਾਇਲੇਟ ਕਰਦਾ ਤਾਂ ਉਹਨੂੰ ਜੁਰਮਾਨਾ ਲਾਉਣਾ, ਜੇ ਦੂਜੀ ਵਾਰੀ ਕਰਦਾ ਤਾਂ ਜੁਰਮਾਨਾ ਲਾਉਣਾ, ਜੇ ਤੀਜੀ ਵਾਰ ਕਰਦਾ ਤਾਂ ਉਹਦਾ ਠੇਕਾ ਰੱਦ ਕਰਨਾ, ਜੋ ਗਵਰਨਮੈਂਟ ਦੀਆਂ ਇੰਸਟਰਕਸ਼ਨ ਹੈ ਠੇਕੇ ਦੀਆਂ ਸ਼ਰਤਾਂ ਨੇ। ਤੇ ਕੀ ਰੇਟਸ ਜਿਹੜੇ ਨੇ ਰੱਖੇ ਗਏ ਨੇ ਮੋਟਰਸਾਈਕਲ? ਉਹ ਬਾਹਰ ਲਿਖ ਕੇ ਲਾਏ ਹੋਏ ਨੇ, ਉਹਨੇ ਡਿਸਪਲੇਡ ਆ ਉੱਥੇ।